ਸਿਰ ਦੀਜੈ ਕਾਣ ਨਾ ਕੀਜੈ ਪਤਿਤ ਪਾਵਨ ਕਿਰਪਾ ਨਿਧਾਨ ਚਵਰ ਛਤਰ ਤਖਤ ਦੇ ਮਾਲਿਕ ਧੰਨ ਧੰਨ ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਤਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਬਾਰਗਾਹ ਦੇ ਵਿੱਚ ਸੁਭਾਇਮਾਨ ਗੁਰੂ ਪਿਆਰਿਓ ਸਭ ਤੋਂ ਪਹਿਲਾਂ ਗੁਰੂ ਘਰ ਦੀ ਮਰਿਆਦਾ ਅਨੁਸਾਰ ਸਾਰੇ ਹੀ ਪਿਆਰ ਨਾਲ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਸਾਨੂੰ ਸਿੱਖੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਇਸ ਸਿੱਖੀ ਦੇ ਬੂਟੇ ਨੂੰ ਹਰਾ ਭਰਾ ਰੱਖਣ ਵਾਸਤੇ ਜਦੋਂ ਤੋਂ ਸਤਿਗੁਰੂ ਜੀ ਨੇ ਪੰਥ ਸਾਜਿਆ ਹੈ ਬੇਅੰਤ ਕੁਰਬਾਨੀਆਂ ਹੋਈਆਂ ਹਨ। ਗੁਰੂ ਕੇ ਸਿੱਖੋ, ਆਪਾਂ ਜਿੱਥੇ ਸਮੂਹ ਸ਼ਹੀਦਾਂ ਦੀ ਯਾਦ ਦੇ ਵਿੱਚ ਬੈਠੇ ਹਾਂ, ਸਰੀਰ ਕਰਕੇ ਸ਼ਹੀਦੀ ਦੇਣੀ ਅਤ ਉੱਤਮ। ਗੁਰੂ ਘਰ ਦੇ ਵਿੱਚ ਬਖਸ਼ਾ ਪ੍ਰਾਪਤ ਕਰਨ ਵਾਲਾ ਬਹੁਤ ਵੱਡਾ ਰੁਤਬਾ ਪ੍ਰਾਪਤ ਹੁੰਦਾ ਹੈ। ਉੱਥੇ ਨਾਲ ਨਾਲ ਔਗਣਾਂ ਦਾ ਤਿਆਗ ਕਰਕੇ ਆਪਣੇ ਘਰ ਦੇ ਮੋਹ ਮਮਤਾ ਨੂੰ ਛੱਡ ਕੇ ਜਿਨ੍ਹਾਂ ਨੇ ਪੰਥ ਦੀਆਂ ਸੇਵਾਵਾਂ ਕੀਤੀਆਂ ਨੇ, ਸਤਿਗੁਰਾਂ ਦੀਆਂ ਬਖਸ਼ਾਂ ਅਸੂਲਾਂ ਨੂੰ ਕਮਾਇਆ ਹੈ, ਉਹਨਾਂ ਨੂੰ ਵੀ ਭਾਈ ਗੁਰਦਾਸ ਜੀ ਨੇ ਸ਼ਹੀਦਾਂ ਦੇ ਵਿੱਚ ਗਿਣਿਆ ਹੈ। ਆਪਾਂ ਭਾਈ ਗੁਰਦਾਸ ਜੀ ਦੀ ਵਾਰ ਪੜ੍ਹੀਏ, ਕਹਿੰਦੇ ਨੇ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਭਉ ਖੋਵਣਾ। ਸ਼ਹੀਦ ਤੋਂ ਅੱਖਰੀ ਅਰਥ ਹੁੰਦਾ ਹੈ ਸੱਚ ਦਾ ਗਵਾਹ। ਜੇ ਅਸੀਂ ਮੁਸਲਮਾਨਾਂ ਦੇ ਇਤਿਹਾਸ ਨੂੰ ਪੜ੍ਹੀਏ ਤੇ ਉਹਨਾਂ ਦੇ ਨਾਵਾਂ ਨੂੰ ਵਾਚੀਏ, ਜੇ ਆਪ ਜੀ ਨੇ ਦੇਖਣਾ ਹੈ, ਕਿਉਂਕਿ ਅਸੀਂ ਸੁਣਦੇ ਹਾਂ ਪੜ੍ਹਦੇ ਬਹੁਤ ਘੱਟ। ਮਹਾਨ ਕੋਸ਼ ਨੂੰ ਪੜ੍ਹੋ ਆਪ ਜੀ, ਕਾਨ ਸਿੰਘ ਨਾਭੇ ਦਾ ਲਿਖਿਆ ਹੋਇਆ ਮਹਾਨ ਕੋਸ਼, ਉਹਦੇ ਵਿੱਚ ਅੱਖਰ ਹੈ ਤਸਬੀ। ਤਸਬੀ ਦੇ ਵਿੱਚ ਜਦੋਂ ਆਪ ਜੀ ਨਾਮ ਪੜ੍ਹੋਗੇ, ਵਾਹਿਗੁਰੂ ਪਰਮਾਤਮਾ ਦੇ ਮੁਸਲਮਾਨਾਂ ਨੇ 100 ਨਾਂ ਗਿਣੇ ਆ, ਜਿਨ੍ਹਾਂ ਦੇ ਵਿੱਚ ਇੱਕ ਨਾਮ ਹੈ ਸ਼ਹੀਦ, ਵਾਹਿਗੁਰੂ ਦਾ ਨਾਮ। ਕਿਉਂਕਿ ਵਾਹਿਗੁਰੂ ਪਰਮਾਤਮਾ ਨਾਲੋਂ ਵੱਡਾ ਤੇ ਸੱਚ ਦਾ ਗਵਾਹ ਕੋਈ ਹੋ ਹੀ ਨਹੀਂ ਸਕਦਾ। ਉਹਨਾਂ ਨੂੰ ਵੀ ਸ਼ਹੀਦ ਕਿਹਾ ਹੈ, ਗਵਾਹ, ਸੱਚ ਦਾ ਗਵਾਹ, ਸੱਚ ਸਰੂਪ ਜੋ ਹੈ ਗਵਾਹ ਹੈ, ਸ਼ਹੀਦ ਪਰਮਾਤਮਾ ਨੂੰ ਕਿਹਾ ਹੈ। ਤੇ ਜਿਹੜੇ ਗੁਰਮੁਖਾਂ ਸ਼ਹੀਦਾਂ ਦੇ ਆਪਾਂ ਜੋੜ ਮੇਲੇ ਮਨਾ ਰਹੇ ਨਾ, ਇਹ ਵੀ ਸੱਚ ਦੇ ਗਵਾਹ ਨੇ ਕਿ ਇਹ ਸਚਿਆਈ ਹੈ, ਅਸੀਂ ਇਹਤੋਂ ਮੁੱਖ ਨਹੀਂ ਮੋੜਨਾ। ਸਾਨੂੰ ਸਿਰ ਭਾਵੇਂ ਦੇਣਾ ਪੈ ਜਾਏ, ਅਸੀਂ ਪਿਛਾਂ ਨਹੀਂ ਹਟਣਾ, ਇਹ ਸਚਿਆਈ ਹੈ। ਜਿਸ ਸਚਿਆਈ ਦੇ ਵਾਸਤੇ ਸਿਰ ਦਿੱਤਾ ਜਾ ਸਕੇ ਤੇ ਹੋਵੇ ਵੀ ਸਚਿਆਈ, ਉਹਨਾਂ ਨੂੰ ਸ਼ਹੀਦ ਕਿਹਾ ਜਾਂਦਾ ਹੈ। ਤੇ ਜਿਉਂਦੇ ਜੀ ਪਰਮਾਤਮਾ ਵਾਹਿਗੁਰੂ ਸੱਚ ਸਰੂਪ ਹੈ, ਉਸ ਤੋਂ ਬਗੈਰ ਨਾਲ ਕੋਈ ਨਹੀਂ ਜਾਣਾ। ਸਾਰਿਆਂ ਦਾ ਮੋਹ ਛੱਡ ਕੇ ਸੇਵਾ ਕਰਨੀ, ਸਿਮਰਨ ਕਰਨਾ, ਭਰਮ ਨੂੰ ਛੱਡ ਦੇਣਾ, ਗੁਰੂ ਨੂੰ ਹੀ ਸਰੀਰ ਅਰਪਣ ਕਰ ਦੇਣਾ। ਗੁਰੂ ਦੀ ਮੌਜ ਹੈ, ਭਾਵੇਂ ਜੰਗੇ ਮੈਦਾਨ ਵਿੱਚ ਸਰੀਰ ਦਾ ਅੰਤ ਹੋ ਜਾਵੇ ਤੇ ਭਾਵੇਂ ਕਿਸੇ ਵੀ ਥਾਂ ਤੇ ਅੰਤ ਹੋ ਜਾਏ, ਉਹਨਾਂ ਨੂੰ ਵੀ ਭਾਈ ਗੁਰਦਾਸ ਜੀ ਨੇ ਸ਼ਹੀਦ ਕਿਹਾ ਹੈ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਭਉ ਖੋਵਣਾ। ਭਰਮ ਨੂੰ ਤੇ ਭੈ ਨੂੰ, ਡਰ ਨੂੰ ਨਾਸ ਕਰਕੇ ਹਿਰਦੇ ਵਿੱਚ ਸਾਰੀ ਉਮਰ ਸੇਵਾ ਸਿਮਰਨ ਬੰਦਗੀ ਦੇ ਵਿੱਚ ਬਤੀਤ ਕਰ ਦੇਣੀ, ਆਪਣੇ ਹਿਰਦੇ ਵਿੱਚੋਂ ਭਰਮ ਨੂੰ ਨਾਸ ਕਰਕੇ ਤਨ ਤੇ ਮਨ ਦੀ ਹਉ ਨੂੰ ਤਿਆਗ ਕੇ ਪਰਮਾਤਮਾ ਵਾਹਿਗੁਰੂ ਦੇ ਚਰਣਾਂ ਵਿੱਚ ਲਿਵ ਬਿਰਤੀ ਨੂੰ ਜੋੜ ਕੇ ਸਾਰੀ ਉਮਰ ਸੇਵਾ ਦੇ ਵਿੱਚ ਸਿਮਰਨ ਵਿੱਚ, ਭਾਵੇਂ ਗ੍ਰਸਥ ਵਿੱਚ ਵੀ ਰਹਿ ਰਿਹਾ ਤਾਂ ਸਮਾਂ ਹਰ ਟਾਈਮ ਹੀ ਸਿਮਰਨ ਭਜਨ ਦੇ ਵਿੱਚ ਬਤੀਤ ਕਰਦਾ, ਉਹ ਵੀ ਸੱਚ ਦਾ ਗਵਾਹ ਬਣ ਜਾਂਦਾ ਹੈ। ਇਸੇ ਵਾਸਤੇ ਜਦੋਂ ਆਪਾਂ ਗੁਰਪ੍ਰਤਾਪ ਸੂਰਜ ਗ੍ਰੰਥ ਨੂੰ ਪੜ੍ਹੀਏ ਨਾ, ਤੇ ਉਹਨਾਂ ਦੇ ਵਿੱਚ ਸ਼ਹੀਦਾਂ ਦਾ ਜ਼ਿਕਰ ਹੁੰਦਾ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੱਸਦੇ ਨੇ ਤੇ ਸ਼ਹੀਦ ਬ੍ਰਹਮ ਗਿਆਨੀ ਨੂੰ ਕਿਹਾ ਗਿਆ ਹੈ, ਜਿਸ ਦੇ ਹਿਰਦੇ ਵਿੱਚ ਪਰਮਾਤਮਾ ਦਾ ਬ੍ਰਹਮ ਦਾ ਗਿਆਨ ਹੋ ਗਿਆ ਹੈ। ਸਰੀਰ ਦੀ ਜਿਉਂਦੇ ਜੀ ਹੀ ਹਉਮੈ ਹੰਕਾਰ ਨੂੰ ਤਿਆਗ ਦਿੱਤਾ ਹੈ। ਮੁਰਦੇ ਦੀ ਨਿਆਇ, ਮੁਰਦੇ ਨੂੰ ਪੈਰ ਮਾਰ ਦਵੋ, ਠੁੱਡੇ ਮਾਰ ਦਵੋ, ਮੁਰਦੇ ਨੂੰ ਫੁੱਲਾਂ ਦੇ ਹਾਰ ਪਾ ਦਿਓ, ਮੁਰਦੇ ਨੂੰ ਬਿਲਕੁਲ ਨੰਗਾ ਕਰ ਦਿਓ, ਮੁਰਦੇ ਨੂੰ ਰੇਸ਼ਮੀ ਬਸਤਰਾਂ ਦੇ ਨਾਲ ਢੱਕ ਦਿਓ, ਉਹਨੇ ਬੋਲਣਾ ਕੁਛ ਨਹੀਂ, ਉਹਨੂੰ ਮੁਰਦਾ ਕਿਹਾ ਜਾਂਦਾ ਹੈ।
ਜਿਹਦੇ ਹਿਰਦੇ ਵਿੱਚ ਹਉ ਨਹੀਂ, ਜਿਹਦੇ ਹਿਰਦੇ ਵਿੱਚ ਵਾਸ਼ਨਾ ਨਹੀਂ, ਸਭ ਤਿਆਗ ਦਿੱਤਾ ਹੈ, ਆਪਾ ਆਪ ਨਾਸ ਕਰ ਦਿੱਤਾ ਹੈ, ਉਹ ਮੁਰਦਾ ਹੋ ਜਾਂਦਾ ਹੈ। ਸਤਿਗੁਰੂ ਸਾਹਿਬ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਦੇ ਵਿੱਚ ਖਡੂਰ ਸਾਹਿਬ ਜੀ ਦੇ ਵਿੱਚ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਸੁਭਾਇਮਾਨ ਨੇ, ਉੱਥੇ ਭਾਈ ਧਿੰਗਾ ਜੀ ਆਏ ਨੇ, ਨਾਈ ਜਾਤੀ ਵਿੱਚੋਂ ਸਨ, ਸੇਵਾ ਕਰਨੀ ਗੁਰਮੁਖ ਗੁਰਸਿੱਖ ਆਏ ਗਏ, ਉਹਨਾਂ ਦੇ ਬਸਤਰਾਂ ਨੂੰ ਵੀ ਧੋਣਾ, ਗਰਮ ਪਾਣੀ ਕਰਕੇ ਇਸ਼ਨਾਨ ਕਰਾਉਣੇ, ਬਜ਼ੁਰਗਾਂ ਦੇ ਚਰਨ ਘੁੱਟਣੇ, ਭਾਂਡੇ ਮਾਂਜਣੇ, ਦਿਨ ਰਾਤ ਸੇਵਾ ਕਰਨੀ। ਇੱਕ ਦਿਨ ਸਤਿਗੁਰੂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਚਰਣਾਂ ਵਿੱਚ ਬੇਨਤੀ ਕੀਤੀ, ਦਾਤਾਰ ਸਤਿਗੁਰੂ ਜੀ ਮੈਨੂੰ ਵੀ ਪਾਵਨ ਉਪਦੇਸ਼ ਦਿਓ। ਤਾਂ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨੂੰ ਕਹਿਣ ਲੱਗੇ, ਵੇਖ ਧਿੰਗਾ ਜੀ, ਤੁਹਾਡੀ ਜਾਤੀ ਦੇ ਵਿੱਚ ਹੋਏ ਨੇ ਸੈਣ ਭਗਤ ਜੀ, ਉਹਨਾਂ ਨੇ ਸੇਵਾ ਕੀਤੀ ਹੈ, ਰਾਤ ਪ੍ਰਾਹੁਣੇ ਰੂਪ ਦੇ ਵਿੱਚ ਸੰਤ ਗੁਰਮੁਖ ਆਏ, ਤੈਨ ਲਿਵ ਬਿਰਤੀ ਜੋੜ ਕੇ ਸਾਰੀ ਰਾਤ ਸੇਵਾ ਕਰਦੇ ਰਹੇ, ਤੇ ਆਪਾਂ ਆਪ ਤਿਆਗ ਕੇ ਸੇਵਾ ਕੀਤੀ ਹੈ, ਉਸ ਤਰ੍ਹਾਂ ਤੂੰ ਵੀ ਸੇਵਾ ਕਰ ਮੁਰਦੇ ਦੀ ਨਿਆਈ ਹੋ ਕੇ। ਜੇ ਤੂੰ ਮੁਰਦਾ ਬਣ ਜਾਏਗਾ ਨਾ, ਤਾਂ ਗੁਰੂ ਰੂਪੀ ਕਬਰ ਦੇ ਵਿੱਚ ਸਮਾ ਸਕੇਗਾ, ਨਹੀਂ ਤੇ ਨਹੀਂ। ਜਿਹੜਾ ਸਰੀਰ ਮਰਦਾ ਹੈ ਉਹਨੂੰ ਹੀ ਚਿਖਾ ਵਿੱਚ ਰੱਖਿਆ ਜਾਂਦਾ ਹੈ, ਜਿਹੜਾ ਸਰੀਰ ਮਰਦਾ ਹੈ ਉਸ ਨੂੰ ਹੀ ਮਿੱਟੀ ਦੇ ਵਿੱਚ ਦੱਬਿਆ ਜਾਂਦਾ ਹੈ। ਗੁਰੂ ਰੂਪੀ ਚਿਖਾ ਕਹਿ ਲਈਏ, ਗੁਰੂ ਰੂਪੀ ਮੜੀ ਕਹਿ ਲਈਏ, ਜਿੰਨੇ ਚਿਰ ਸਿੱਖ ਮੁਰਦਾ ਨਹੀਂ ਹੁੰਦਾ, ਯਾਨੀ ਕਿ ਆਪਣੇ ਮਨ ਦੀਆਂ ਵਾਸ਼ਨਾਵਾਂ ਬਿਲਕੁਲ ਨਹੀਂ ਤਿਆਗ ਦਿੰਦਾ। ਜਿਵੇਂ ਸਰੀਰ ਕੀ ਹਿੱਲਦਾ ਹੈ, ਜਿਹੜੇ ਸਵਾਸ ਚੱਲਦੇ ਨੇ, ਸਾਡਾ ਸਰੀਰ ਜਿਉਂਦੇ ਦੀ ਨਿਸ਼ਾਨੀ ਕੀ ਹੈ, ਸਾਹ ਚੱਲਣ ਦਾ ਹੈ। ਮਨ ਦੇ ਜਿਉਂਦੇ ਦੀ ਨਿਸ਼ਾਨੀ ਕੀ ਹੈ, ਬੰਦੇ ਦੇ ਜਿਉਂਦੇ ਦੀ ਨਿਸ਼ਾਨੀ ਕੀ ਹੈ, ਜਿਹੜਾ ਹਉ ਨਹੀਂ ਤਿਆਗਦਾ, ਮਨ ਹਉ ਨਹੀਂ ਤਿਆਗਦਾ, ਵਾਸ਼ਨਾ ਨਹੀਂ ਤਿਆਗਦਾ, ਇਹ ਜਿਉਂਦਾਪਨ ਹੈ। ਤੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਵੇਖ ਸੈਣ ਵਾਹਿਗੁਰੂ, ਵੇਖ ਭਾਈ ਧਿੰਗਾ, ਤੇਰੇ ਵਰਗੇ ਹੀ ਭਗਤ ਹੋਏ ਨੇ, ਤੁਹਾਡੀ ਜਾਤੀ ਵਿੱਚ ਹੀ ਹੋਏ ਨੇ, ਇਸ ਵਾਸਤੇ ਉਹਨਾਂ ਵਾਂਗੂ ਤੂੰ ਵੀ ਸੇਵਾ ਕਰ, ਸੈਨ ਸਰਸ ਸੈਨ ਦੇ ਵਾਂਗੂ ਹੋ ਕੇ ਤੂੰ ਵੀ ਸੇਵਾ ਕਰ, ਮੁਰਦੇ ਮਨਿੰਦ ਹੋ ਕੇ ਫਿਰ ਗੁਰੂ ਰੂਪੀ ਕਬਰ ਵਿੱਚ ਤੂੰ ਸਮਾ ਜਾਏਗਾ। ਇਸ ਵਾਸਤੇ ਗੁਰੂ ਕੇ ਸਿੱਖੋ, ਉਹਨਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲਣਾ। ਜਿਹੜੇ ਸਾਡੇ ਸ਼ਹੀਦ ਨੇ, ਜਿੰਨੇ ਬੇਅੰਤ ਸ਼ਹੀਦ ਨੇ, ਆਪ ਜੀ ਦੇ ਨਗਰ ਦੇ ਜਿੰਨੇ ਗੁਰਮੁਖ ਹੋਏ ਨੇ, ਸੇਵਾ ਵੀ ਕੀਤੀ ਬੜੀ ਵੱਡੀ ਤੋਂ ਵੱਡੀ, ਉਹਨਾਂ ਦੀਆਂ ਫੋਟੋਆਂ ਲੱਗੀਆਂ ਨਾਲ, ਅਤੇ ਜਿੰਨੇ ਚਿਰ ਸੇਵਾ ਨਹੀਂ ਕੀਤੀ ਆਪਾਂ ਤਿਆਗ ਕੇ, ਨਾਮ ਨਹੀਂ ਰੌਸ਼ਨ ਹੁੰਦਾ ਦੁਨੀਆਂ 'ਤੇ। ਅਤੇ ਇਹ ਕਈ ਕਹਿ ਦਿੰਦੇ ਆ ਸ਼ਹੀਦੀਆਂ ਦਾ ਨੁਕਸਾਨ ਜਾਂ ਬੜਾ ਕੁਛ ਹੋ ਗਿਆ, ਕੌਮ ਨੂੰ ਘਾਟਾ ਪੈ ਗਿਆ ਜੀ। ਨਹੀਂ, ਕੌਮ ਵਿੱਚ ਸ਼ਹੀਦੀਆਂ ਦੀ ਬਦੌਲਤ ਹੀ ਅੱਜ ਪੂਰੀ ਦੁਨੀਆਂ ਦੇ ਵਿੱਚ ਸਿੱਖ ਕੌਮ ਦਾ ਸਿਰ ਮਾਣ ਨਾਲ ਉੱਚਾ ਹੈ ਅਤੇ ਜਾਣਦੇ ਨੇ ਸਾਰੇ ਸ਼ਹੀਦਾਂ ਦੇ। ਵੇਖੋ ਪਿਆਰਿਓ, ਖੂਨ ਦਾ ਰੰਗ ਹੀ ਹੈ। ਅੱਜ ਕੈਨੇਡਾ ਦੇ ਵਿੱਚ ਮਿਨਿਸਟਰ ਹੈ ਅਤੇ ਉਹ ਅੰਮ੍ਰਿਤਧਾਰੀ ਹੈ, ਹਰਜੀਤ ਸਿੰਘ। ਅਤੇ ਜੇ ਹੁਣ ਉਹ PDP ਪਾਰਟੀ ਹੈ ਕਿ ਪਤਾ ਨਹੀਂ, ਮੈਨੂੰ ਨਾਂ ਉਹਦਾ ਭੁੱਲਣ ਡਿਆ, ਜਿਹਦੇ ਵਿੱਚ ਹੁਣ ਜਗਮੀਤ ਸਿੰਘ ਚੁਣਿਆ ਗਿਆ, ਉਹ ਵੀ ਅੰਮ੍ਰਿਤਧਾਰੀ ਗੁਰਸਿੱਖ ਹੈ ਅਤੇ ਸਾਬਤ ਸੂਰਤ ਦਾੜਾ ਹੈ ਲੰਮਾ ਉਹਨੇ ਰੱਖਿਆ ਹੋਇਆ। ਇਹ ਸ਼ਹੀਦਾਂ ਦੇ ਖੂਨ ਦਾ ਰੰਗ ਹੈ। ਇਹ ਜ਼ਰੂਰ ਹੈ ਕਿ ਜਿਸ ਪਰਿਵਾਰ ਦੇ ਵਿੱਚ ਇਹ ਗੱਲ ਹੁੰਦੀ ਹੈ, ਅੰਦਰੋਂ ਬਾਹਰੋਂ ਬੜੇ ਦੁੱਖ ਚੱਲਣੇ ਪੈਂਦੇ। ਇੱਕ ਤਾਂ ਪਰਿਵਾਰ ਦਾ ਜੀ, ਅਤੇ ਫਿਰ ਗੌਰਮੈਂਟ ਦੀ ਤੰਗੀ, ਪਰਿਵਾਰ ਵੀ ਰਿਸ਼ਤੇਦਾਰ ਸੰਬੰਧੀ ਛੱਟ ਜਾਂਦੇ ਨੇ। ਉਹ ਮੈਂ ਖੁਦ ਇਹ ਆਪਣੀ ਅੱਖੀਂ ਸਮਾਂ ਦੇਖਿਆ, ਕਿਉਂਕਿ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਸ਼ਾਂ ਦੇ ਨਾਲ ਮੈਂ 99 ਤੋਂ ਰਿਹਾ, ਮੈਂ ਇੱਥੇ 1999 ਤੋਂ, 90 ਤੋਂ ਪਹਿਲਾਂ ਮੈਂ ਇੱਥੇ ਆਉਂਦਾ ਰਿਹਾ। ਅਤੇ ਉਦੋਂ ਮੇਰੇ ਬਹੁਤ ਮਾੜਾ ਮਾੜਾ ਦਾੜਾ ਜਿਹਾ ਅਜੇ ਸ਼ੁਰੂ ਹੀ ਹੋਇਆ ਸੀ ਦਾੜਾ ਆਉਣਾ, ਮੈਂ ਆਉਂਦਾ ਰਿਹਾ ਇਸ ਨਗਰ ਵਿੱਚ ਬਾਬਾ ਠਾਕੁਰ ਸਿੰਘ ਜੀ ਦੇ ਨਾਲ। ਮੈਨੂੰ ਪਤਾ ਹੈ ਉਹਨਾਂ ਹਾਲਾਤਾਂ ਦਾ। ਜਦੋਂ ਗੁਰਮੁਖ ਗੁਰਸਿੱਖ ਸੇਵਾ ਕਰਦੇ ਹੋਏ ਕਿਤੇ ਜਾਂਦੇ ਹੁੰਦੇ ਸੀ ਨਾ, ਅਤੇ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਸੀ, ਸਾਨੂੰ ਵੀ ਬਿਪਤਾ ਵਿੱਚ ਪਾਓਗੇ, ਕਿਤੇ ਹੋਰ ਚੱਲ ਜਾਓ ਭਰਾਓ। ਬੜਾ ਔਖਾ ਹੈ ਕੌਮ ਦੇ ਵਾਸਤੇ ਕੁਰਬਾਨੀ ਕਰਨੀ, ਪਰ ਉਹਨਾਂ ਕੁਰਬਾਨੀਆਂ ਦੀ ਬਦੌਲਤ ਹੀ ਹੈ। ਮੈਂ ਉਹਨਾਂ ਸਾਰੇ ਪਰਿਵਾਰਾਂ ਨੂੰ ਮੱਥਾ ਟੇਕਦਾ, ਨਮਸਕਾਰ ਕਰਦਾ, ਦਿਲੋਂ ਪਿਆਰ ਕਰਦਾ ਹਾਂ। ਇਹ ਜੋ ਕੁਰਬਾਨੀਆਂ ਦਿੱਤੀਆਂ ਹੈ, ਇਹਨਾਂ ਦੀ ਬਦੌਲਤ ਹੀ ਅੱਜ ਪੂਰੀ ਦੁਨੀਆਂ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਫੁਲਵਾੜੀ ਖਿੜੀ ਹੋਈ ਹੈ। ਬਾਹਰਲੇ ਗੁਰਸਿੱਖ ਗੁਰਮੁਖ ਜਾਂਦੇ ਰਹੀਦਾ, ਉਹ ਕਹਿੰਦੇ 1984 ਤੋਂ ਬਾਅਦ ਸਾਨੂੰ ਇਹ ਪਤਾ ਲੱਗਾ ਕਿ ਅਸੀਂ ਸਿੱਖ ਹਾਂ, ਨਹੀਂ ਤਾਂ ਅਸੀਂ ਸਮਝਦੇ ਅਸੀਂ ਵੀ ਹਿੰਦੂ ਹੀ ਹਾਂ। ਸਿਰ ਮੂੰਹ ਮਨਾਏ ਸੀ, ਪੱਬਾਂ ਕਲਮਾਂ 'ਚ ਕਹਿੰਦੇ ਜਾਂਦੇ ਸੀ। ਵੇਖੋ ਇਹਨਾਂ ਗੁਰਮੁਖਾਂ ਗੁਰਸਿੱਖਾਂ ਦੀ ਸ਼ਹੀਦੀਆਂ ਦੀ ਕੁਰਬਾਨੀ ਦੀ ਬਦੌਲਤ
ਉਹ ਗੁਰਸਿੱਖ ਸਜੇ। ਉਸ ਤੋਂ ਬਾਅਦ ਉਹਨਾਂ ਦੇ ਪੁੱਤਰ ਗੁਰਸਿੱਖ ਨੇ, ਪੋਤਰੇ ਵੀ ਗੁਰਸਿੱਖ ਨੇ, ਤਿੰਨ ਚਾਰ ਪੀੜ੍ਹੀਆਂ ਸਿੱਖੀ ਆ ਗਈ। ਇਹ ਸ਼ਹੀਦਾਂ ਦੀ ਕੁਰਬਾਨੀ ਦੀ ਬਦੌਲਤ ਹੈ ਤੇ ਮਾਣ ਸਾਨੂੰ ਇੱਥੋਂ ਵਾਲਿਆਂ ਨੂੰ ਹੀ ਪ੍ਰਾਪਤ ਹੈ। ਧੰਨ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਹੀ ਇੰਨਾ ਮਾਣ ਬਖਸ਼ਿਆ ਮਾਝੇ ਨੂੰ। ਉੱਦਾਂ ਮੈਂ ਆਮ ਤੌਰ 'ਤੇ ਗੱਲ ਕਹਿੰਦਾ ਨਹੀਂ ਹੁੰਦਾ ਅਤੇ ਬਾਬਾ ਕਰਤਾਰ ਸਿੰਘ ਖਾਲਸਾ ਜੀ ਵੀ ਕਹਿੰਦੇ, ਕਹਿੰਦੇ ਇਹ ਕਹਿਣ ਵਾਲੀ ਗੱਲ ਨਹੀਂ ਹੈ, ਨਹੀਂ ਤਾਂ ਆਮ, ਕਿਉਂਕਿ ਹਰ ਇਹਨੂੰ ਹਉ ਹੁੰਦੀ, ਹੰਕਾਰ ਹੁੰਦਾ ਅਤੇ ਉਹ ਕਹਿਣਗੇ ਸਾਡੇ ਨਾਲ ਵਿਤਕਰਾ ਕਰਦੇ ਆ। ਇਸ ਵਾਸਤੇ ਕਹਿੰਦੇ ਅਸੀਂ ਕਹਿੰਦੇ ਨਹੀਂ, ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦਾ ਇਹ ਬਚਨ, ਉਹ ਕਹਿੰਦੇ ਅਸੀਂ ਸਟੇਜ 'ਤੇ ਨਹੀਂ ਕਹਿੰਦੇ, ਪਰ ਕਹਿੰਦੇ ਸੱਚਿਆਈ ਹੈ ਕਿ ਜਿਹੜੀ ਸਾਡੀ ਅਰਦਾਸ ਹੈ ਨਾ, ਇਹ ਬਿਆਸ ਤੋਂ ਪਹਿਲਾਂ ਹੀ ਪੂਲਾ ਪਲਾ ਪੂਰੀ ਹੋ ਜਾਂਦੀ ਹੈ ਕਿ ਜਿਨ੍ਹਾਂ ਨੇ ਸਵਾ ਸਵਣ ਦੇ ਪੀਸਣੇ ਪਿੱਛੇ, ਜਿਨ੍ਹਾਂ ਨੇ ਬੱਚਿਆਂ ਦੇ ਟੋਟੇ ਕਰਾ ਕੇ ਗਲਾਂ ਦੇ ਹਾਰ ਬਣਵਾਏ, ਜਿਹੜੇ ਚਰਖੜੀਆਂ 'ਤੇ ਚੜ੍ਹੇ, ਜਿਹੜੇ ਆਰਿਆਂ ਨਾਲ ਚੀਰੇ ਗਏ, ਜਿਨ੍ਹਾਂ ਦੇ ਬੰਦ ਬੰਦ ਕੱਟੇ ਗਏ, ਉਹ ਕਿੱਥੋਂ ਦੇ ਨੇ ਮਾਝੇ ਦੇ? 80% ਸ਼ਹੀਦ ਸਾਡੇ ਮਾਝੇ ਦੇ ਨੇ, ਖਾਸ ਕਰਕੇ ਇਹਨਾਂ ਏਰੀਆ ਦੇ ਸਾਰੇ। ਇਹ ਸੱਚਿਆਈ ਹੈ, ਪਰ ਆਪਾਂ ਆਮ ਤੌਰ 'ਤੇ ਸਟੇਜਾਂ 'ਤੇ ਇਹ ਗੱਲ ਨਹੀਂ ਕਹਿ ਸਕਦੇ, ਕਿਉਂਕਿ ਹਰ ਇੱਕ ਨੂੰ ਹਉਮੈ ਹੈ, ਉਹ ਕਹਿਣਗੇ ਸਾਡੇ ਇਲਾਕੇ ਨੂੰ ਪਿਛਾਂ ਸੁੱਟ ਦੇ। ਪਰ ਜੇ ਉਹ ਵੀਰ ਭੈਣ ਭਰਾ ਇਤਿਹਾਸ ਨੂੰ ਫਰੋਲ ਕੇ ਵੇਖਣਗੇ, ਉਹਨਾਂ ਨੂੰ ਵੀ ਪਤਾ ਲੱਗ ਜਾਏਗਾ ਕਿ ਬਿਲਕੁਲ ਇਹ ਸੱਚਿਆਈ ਹੈ ਅਤੇ 100% ਸੱਚਿਆਈ ਹੈ। ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇਸ ਧਰਤੀ 'ਤੇ ਮਾਣ ਬਖਸ਼ਿਆ ਹੈ। ਇਸ ਵਾਸਤੇ ਮੈਂ ਬੇਨਤੀ ਕਰਦਾ, ਸਾਡੇ ਬਹੁਤੇ ਪ੍ਰਚਾਰਕ ਜਿਹੜੇ ਇਹ ਗੱਲਾਂ ਕਹੀ ਜਾਂਦੇ ਆ ਨਾ ਕਿ ਆਹ ਹੋ ਰਿਹਾ ਉਹ ਹੋ ਰਿਹਾ, ਮੈਂ ਉਹਨੂੰ ਸਹੀ ਨਹੀਂ ਸਮਝਦਾ, ਮੇਰਾ ਆਪਣਾ ਵਿਚਾਰ ਹੈ। ਵੇਖੋ ਕਿਸੇ ਨੇ ਕੇਸ ਕਟਾਏ ਨੇ, ਭੈਣਾਂ ਭਰਵੱਟੇ ਮਨਾਉਂਦੀਆਂ ਜਾਂ ਕੇਸ ਕਟਾਉਂਦੀਆਂ, ਜਾਂ ਕੋਈ ਸ਼ਰਾਬ ਪੀਂਦਾ ਹੈ, ਕੋਈ ਤੰਬਾਕੂ ਸਿਗਰਟ ਇਤਿਆਦਿ ਖਾਣ ਲੱਗ ਪਏ ਨੇ, ਪੀਣ ਲੱਗ ਪਏ ਨੇ, ਜਾਂ ਕੋਈ ਹੋਰ ਕੋਈ ਕਰਮ ਗਲਤੀਆਂ ਕਰਦੇ ਜਿਹੜੇ ਸਿੱਖੀ ਤੋਂ ਡੇਗ ਰਹੀਆਂ ਚੀਜ਼ਾਂ, ਕਿ ਇਹ ਕੰਮ ਕਰਨ ਵਾਲਿਆਂ ਨੂੰ ਕੋਈ ਅਕਾਊਂਟ ਵਿੱਚ ਪੈਸੇ ਪਾਉਂਦੀ ਹੈ ਸਰਕਾਰ, ਜਾਂ ਕੋਈ ਜਥੇਬੰਦੀ ਪਾਉਂਦੀ ਹੋਵੇ ਕਿ ਭਾਈ ਤੁਸੀਂ ਸਿਰ ਮੂੰਹ ਮਨਾ ਲਓ? ਕਿਸੇ ਨੂੰ ਨਸ਼ੇ ਵਾਸਤੇ ਪੈਸੇ ਦਿੱਤੇ ਜਾਂਦੇ ਹੋਣ, ਸ਼ਰਾਬ ਵਾਸਤੇ ਪੈਸੇ ਦਿੱਤੇ, ਜਦੋਂ ਕਿਸੇ ਨੂੰ ਪੈਸੇ ਨਹੀਂ ਦੇਣ ਡੇ ਤਾਂ ਅਸੀਂ ਕਿੱਦਾਂ ਕਹਿਣ ਡੇ ਕਿ ਵਿਗਾੜਨ ਡੇ, ਅਸੀਂ ਖੁਦ ਵਿਗੜਨ ਡੇ? ਅਤੇ ਗੁਰੂ ਕੇ ਸਿੱਖੋ, ਆਪਣੇ ਇਤਿਹਾਸ ਨੂੰ, ਆਪਣੇ ਸ਼ਹੀਦਾਂ ਦੀ ਯਾਦ ਨੂੰ ਹਿਰਦਿਆਂ 'ਚ ਵਸਾਓ ਅਤੇ ਨਸ਼ਿਆਂ ਅਤੇ ਕੇਸ ਕਟਾਉਣ ਤੋਂ ਪਿਛਾਂ ਹਟੋ। ਇਹ ਸਾਰੇ ਪਿੰਡ ਵਿੱਚ ਵੀ ਆਵਾਜ਼ ਜਾ ਰਹੀ ਹੈ ਅਤੇ ਆਪ ਜੀ ਦੇ ਵੀ ਚਰਨਾਂ ਵਿੱਚ ਜਿਹੜੇ ਇੱਥੇ ਬੈਠੇ ਆ, ਸ਼ਰਾਬਾਂ ਛੱਡੋ, ਨਸ਼ੇ ਛੱਡੋ, ਕੇਸ ਕਟਾਉਣੇ ਛੱਡੋ। ਭੈਣਾਂ ਨੂੰ ਬੇਨਤੀ ਹੈ, ਬਿਊਟੀ ਪਾਰਲਰ ਨਹੀਂ, ਉਹ ਬਿਊਟੀ ਨਹੀਂ ਹੈ, ਬਿਊਟੀ ਨੂੰ ਖਰਾਬ ਕਰਦੀ ਹੈ ਉਹ ਚੀਜ਼। ਬਿਊਟੀ ਕੀ ਹੈ? ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ, ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਜਿਹੜੇ ਸਤਸੰਗਤ ਵਿੱਚ ਬਹਿੰਦੇ ਆ, ਕਥਾ ਕੀਰਤਨ ਕਰਦੇ ਸੋਹਣੇ, ਉਹ ਸੋਹਣੇ ਨੇ। ਇਸ ਵਾਸਤੇ ਕਸੋਹਣੇ ਨਾ ਬਣੋ। ਆਪ ਜੀ ਦੇ ਪਾਸ ਬੇਅੰਤ ਗੁਰਮੁਖ ਗੁਰਸਿੱਖ ਵਿਦਵਾਨ ਆਏ ਨੇ ਅਤੇ ਮੈਂ ਵੀ ਇੱਥੇ ਨੇੜੇ ਰਹਿੰਦਾ ਜੀ ਆਇਆਂ ਨੂੰ, ਮੈਂ ਤਾਂ ਇਹਨਾਂ ਨੂੰ ਬੇਨਤੀ ਕੀਤੀ ਸੀ ਹਾਜ਼ਰੀ ਭਰਨ ਨਾਲ ਹੀ, ਮੈਂ ਸੁਣਨ ਨਾਲ ਹੀ ਮੈਂ ਤਾਂ ਹੁਣ ਆਇਆ ਅਤੇ ਹਾਜ਼ਰੀ ਭਰੀ ਜਾਣੀ। ਉਹ ਕਹਿੰਦੇ ਨਹੀਂ, ਤੂੰ ਵੀ ਹਾਜ਼ਰੀ ਭਰ ਜ਼ਰੂਰ। ਧੰਨਵਾਦ ਤੁਹਾਡਾ ਸਾਰੇ ਗੁਰਮੁਖਾਂ ਗੁਰਸਿੱਖਾਂ ਦਾ। ਅਤੇ ਮੈਂ ਬੇਨਤੀ ਫਿਰ ਇਹੋ ਇੱਕੋ ਕਰਦਾ ਹੈ, ਵੇਖੋ ਕੇਸ ਆਪੇ ਘਟਾਉਣ ਡੇ ਜੇ, ਸ਼ਰਾਬਾਂ ਆਪੇ ਪੀ ਰਹੇ ਜੇ, ਹੋਰ ਕੰਮ ਵੀ ਜਿਹੜੇ ਗੁਰਸਿੱਖੀ ਤੋਂ ਦੂਰ ਕਰਦੇ ਤੁਸੀਂ ਆਪੇ ਹੀ ਕਰ ਰਹੇ ਜੇ। ਪ੍ਰਚਾਰਕ ਐਵੇਂ ਰੌਲਾ ਪਾਈ ਜਾਂਦੇ, ਫਲਾਣੀ ਜਥੇਬੰਦੀ ਸਿੱਖੀ ਨੂੰ ਖਰਾਬ ਕਰ, ਫਲਾਣੀ ਕਰੀ, ਜਿਹੜੇ ਉਹ ਕੰਮ ਕਰਦੇ ਉਹ ਸਾਡੀ ਪਕੜ 'ਚ ਨਹੀਂ ਹੈਗੇ, ਉਹ ਤੁਹਾਡੀ ਪਕੜ 'ਚ ਨਹੀਂ ਗਏ, ਤੁਸੀਂ ਕੇਸ ਖੁਦ ਕਟਾ ਰਹੇ, ਸ਼ਰਾਬਾਂ ਆਪ ਪੀ ਰਹੇ ਜੇ, ਆਪਣੇ ਪੱਲਿਓਂ ਖਰਚੇ ਕਰ ਕਰਕੇ ਗੁਰਸਿੱਖੀ ਤੋਂ ਦੂਰ ਹੋ ਰਹੇ ਜੇ। ਕੇਸ ਕੱਟਣੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਰਹਿਤ ਮਰਿਆਦਾ ਵਿੱਚ ਬਚਨ ਕਹਿੰਦੇ ਆ, ਉਹਨਾਂ ਦਾ ਬਚਨ ਹੈ, ਕੇਸ ਕੱਟਣੇ ਸਿੱਖੀ ਦੀ ਜੜ ਕੱਟੀ, ਜਿਸ ਘਰ ਵਿੱਚੋਂ ਕੇਸ ਕੱਟੇ ਗਏ ਉੱਥੇ ਸਿੱਖੀ ਦੀ ਜੜ ਸੁੱਕੀ। ਅਤੇ ਕਿਉਂ ਜੜਾਂ ਸੁਕਾ ਰਹੇ ਆ? ਸਾਡੇ ਸ਼ਹੀਦਾਂ ਨੇ ਸਾਨੂੰ ਦੇ ਕੇ, ਅਤੇ ਆਪਣੇ ਇਲਾਕੇ ਦੇ ਸ਼ਹੀਦ ਹੈ ਸਾਰੇ, ਆ ਮਾਝੇ ਦੇ ਹੀ ਬਹੁਤੇ, ਬਹੁ ਗਿਣਤੀ 80% ਸ਼ਹੀਦ ਮਾਝੇ ਦੇ। ਅਤੇ ਇਸ ਵਾਸਤੇ ਸ਼ਹੀਦਾਂ ਦੀ ਵਿਰਾਸਤ ਜਿਹੜੀ ਹੈ ਉਹ ਸੰਭਾਲੀਏ, ਇਹੋ ਹੀ ਕਮਾਈ ਕਰਨੀ ਹੈ ਬਸ। ਸਮੂਹ ਸ਼ਹੀਦਾਂ ਨੂੰ ਮੇਰੇ ਪ੍ਰਣਾਮ ਹੈ, ਪਰਿਵਾਰਾਂ ਨੂੰ ਵੀ ਉਹਨਾਂ ਨੂੰ ਨਮਸਕਾਰ ਹੈ। ਗੁਰੂ ਕੇ ਸਿੱਖੋ, ਇਸ ਨੂੰ ਸੰਭਾਲੀਏ। ਬਹੁਤ ਬਹੁਤ ਧੰਨਵਾਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਰੋਮ ਰੋਮ ਕਰਕੇ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਸ਼ਾਂ ਦਾ, ਜਿਨ੍ਹਾਂ ਨੇ ਆਪਣੀ ਗੋਦੀ ਵਿੱਚ ਬੈਠਾ ਕੇ ਬੱਚੇ ਵਾਂਗੂ ਲਾਡ ਲਡਾ ਕੇ ਇਹ ਬਖਸ਼ਾਂ ਬਖਸ਼ਾਈਆਂ ਨੇ ਗੁਰੂ ਸਾਹਿਬ ਕੋਲੋਂ, ਕੋਈ ਔਗਣ ਨਹੀਂ ਚਿਤਾਰੇ। ਅਤੇ ਸਮੂਹ ਗੁਰਮੁਖਾਂ ਗੁਰਸਿੱਖਾਂ ਸੰਗਤਾਂ ਦਾ, ਆਪ ਜੀ ਦਾ, ਪ੍ਰਬੰਧਕਾਂ ਦਾ ਧੰਨਵਾਦ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਣਾਂ ਵਿੱਚ ਅਰਦਾਸ ਹੈ, ਸਿੱਖੀ ਦੀ ਦਾਤ ਮੇਰੀ ਝੋਲੀ ਵਿੱਚ ਪਾ ਦੇਣ। ਆਪ ਜੀ ਵੀ ਅਰਦਾਸ ਕਰੋ, ਝੋਲੀ ਵਿੱਚ ਮੇਰੇ ਸਿੱਖੀ ਦੀ ਦਾਤ, ਪਰਿਵਾਰ ਸਮੇਤ ਸਿੱਖੀ ਨਿਭ ਜਾਵੇ।
फिर दोबारा समूह संगतां गुरमुखां गुरसिखां दा धन्नवाद समूह शहीदां नूं प्रणाम मेरे वल्लों होईआं भुल्लां दी माफ़ी बख्शनी अगे वास्ते समत बख्शनी प्यार नाल गज के बुलाओ जी वाहेगुरु जी का खालसा वाहेगुरु जी की फतेह।